ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ USA ਟਾਈਮਸ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ 2 ਜਨਵਰੀ ਦਿਨ ਮੰਗਲਵਾਰ ਨੂੰ ਅੱਜ ਦੇ ਕੁਛ ਮੁੱਦੇ ਅੱਜ ਦੀਆਂ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਪ੍ਰਵਾਸੀਆਂ ਦਾ ਮਾਮਲਾ ਇੱਕ ਸਾਹਮਣੇ ਆਇਆ ਕਿ ਨਿਊ ਜਰਸੀ ਦੇ ਵਿੱਚ ਸੈਂਕੜੇ ਪ੍ਰਵਾਸੀ ਪਹੁੰਚ ਰਹੇ ਆ, ਕੀ ਗੱਲਬਾਤ ਆ। ਦੂਜੀ ਗੱਲਬਾਤ, ਕੈਲੀਫੋਰਨੀਆ ਦੇ ਵਿੱਚ ਖਿਡੌਣਿਆਂ ਦੇ ਸੰਬੰਧੀ ਨਵਾਂ ਕਾਨੂੰਨ ਲਾਗੂ ਕੀਤਾ ਗਿਆ। ਤੀਜੀ ਗੱਲਬਾਤ ਅੱਜ ਆਪਾਂ ਕਰਨੀ ਹੈ ਕਿ BYD ਟੈਸਲਾ ਨੂੰ ਟੱਕਰ ਦੇ ਰਹੀ ਹੈ, ਚੀਨ ਦੀ ਇੱਕ ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ ਕੰਪਨੀ। ਅਤੇ ਚੌਥੀ ਗੱਲਬਾਤ ਆਪਾਂ 2024 ਦੀ ਆਰਥਿਕਤਾ ਸੰਬੰਧੀ ਮਾਹਰ ਕੀ ਕਹਿੰਦੇ ਆ। ਅਤੇ ਆਖਰੀ ਗੱਲਬਾਤ, ਡੋਨਲਡ ਟਰੰਪ ਅਮਰੀਕੀ ਚੋਣਾਂ ਦਾ ਕੇਂਦਰ ਬਿੰਦੂ ਬਣ ਰਹੇ ਆ, ਇਹਦੇ ਬਾਰੇ ਗੱਲਬਾਤ ਆਪਾਂ ਤੁਹਾਡੇ ਨਾਲ ਕਰਨੀ ਆ। ਸਭ ਤੋਂ ਪਹਿਲਾਂ ਜਿਹੜਾ ਇਮੀਗ੍ਰੇਸ਼ਨ ਦਾ ਮਾਮਲਾ ਆ, ਬਾਰਡਰ ਤੋਂ ਜਿਹੜੇ ਪ੍ਰਵਾਸੀ ਨੇ, ਅਨਡਾਕੂਮੈਂਟਡ ਇਮੀਗ੍ਰੈਂਟਸ ਨੇ, ਬਾਰਡਰ ਤੋਂ ਇੱਧਰਲੇ ਪਾਸੇ ਆ ਜਾਂਦੇ ਮੈਕਸੀਕੋ ਤੋਂ, ਹੁਣ ਉਹਦੇ ਤੋਂ ਬਾਅਦ ਇੱਕ ਰੌਲਾ ਇਹ ਆ ਵੀ ਉਹ ਜਾਣ ਕਿੱਥੇ। ਜਿਹੜੇ ਰਿਪਬਲਿਕਨ ਸਟੇਟਸ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਸਿੱਧੇ ਜਾਂ ਦੂਜੇ ਤਰੀਕੇ ਦੇ ਨਾਲ, ਪਿਛਲੇ ਸਮੇਂ ਦੇ ਵਿੱਚ ਕਈ ਇੱਦਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਕਿ ਉਹ ਇਹਨਾਂ ਨੂੰ ਉਹਨਾਂ ਸਟੇਟਾਂ ਦੇ ਵਿੱਚ ਲੈ ਜਾਂਦੇ ਆ ਜਾਂ ਛੱਡ ਦਿੰਦੇ ਆ ਜਿੱਥੇ ਡੈਮੋਕਰੈਟਸ ਗਵਰਨਰ ਨੇ, ਡੈਮੋਕਰੈਟ ਸਰਕਾਰ ਆ। ਕਿਉਂਕਿ ਮੰਨਣਾ ਇਹ ਆ ਕਿ ਇਹ ਸਾਰਾ ਕੁਛ ਜੋ ਬਾਈਡਨ ਦੇ ਕਰਕੇ ਹੋ ਰਿਹਾ, ਉਹਨਾਂ ਦੀ ਡੈਮੋਕਰੈਟਿਕ ਸਰਕਾਰ ਦੀਆਂ ਜਿਹੜੀਆਂ ਫੈਡਰਲ ਲੈਵਲ ਦੇ ਉੱਤੇ ਪੋਲਿਸੀਜ਼ ਨੇ, ਨੈਸ਼ਨਲ ਲੈਵਲ ਦੇ ਉੱਤੇ, ਉਹਨਾਂ ਦੇ ਕਰਕੇ ਇਹ ਸਾਰਾ ਵਾਧਾ ਹੋ ਰਿਹਾ ਅਤੇ ਇਹ ਇਸ ਗੱਲ ਤੋਂ ਤੰਗ ਨੇ। ਹੁਣ ਦੱਸਿਆ ਜਾ ਰਿਹਾ ਕਿ ਜਿਹੜੇ ਟ੍ਰਾਂਸਿਟ ਪੁਆਇੰਟਸ ਨੇ ਨਿਊ ਜਰਸੀ ਦੇ ਵਿੱਚ, ਉਹਨਾਂ ਨੂੰ ਵਰਤਿਆ ਜਾ ਰਿਹਾ ਕਿ ਜਿਹੜਾ ਨਿਯਮ ਨੂੰ ਤੋੜਨ ਦੇ ਲਈ, ਅਤੇ ਬਹੁਤ ਵੱਡੀ ਗਿਣਤੀ ਨਿਊਯਾਰਕ ਦੇ ਵਿੱਚ ਇਹਨਾਂ ਦੀ ਪ੍ਰਵਾਸੀਆਂ ਦੀ ਪਹੁੰਚ ਰਹੀ ਆ। ਇਸ ਵੀਕਐਂਡ ਦੇ ਉੱਤੇ ਘੱਟੋ ਘੱਟ 4 ਬੱਸਾਂ ਜਿਹੜੀਆਂ ਉਹ ਇੱਥੇ ਟ੍ਰੇਨ ਜੰਕਸ਼ਨ ਦੇ ਉੱਤੇ, ਨਿਊ ਜਰਸੀ ਸਟੇਸ਼ਨ ਦੇ ਉੱਤੇ ਰੁਕੀਆਂ, ਜਿਹੜੀ ਨਿਊਜ਼ ਰਿਲੀਜ਼ ਆਈ ਆ ਉੱਥੋਂ ਦੇ ਮੇਅਰ ਦੁਆਰਾ। ਟੈਕਸਸ ਦੇ ਜਿਹੜੇ ਅਥਾਰਟੀਜ਼ ਨੇ, ਉਹ ਜਿਹੜੇ ਅਸਾਈਲਮ ਲੈਣਾ ਚਾਹੁੰਦੇ ਆ, ਉਹਨਾਂ ਨੂੰ ਵੱਡੇ ਸ਼ਹਿਰਾਂ ਦੇ ਵਿੱਚ ਬੱਸਾਂ ਦੇ ਰਾਹੀਂ ਭੇਜ ਰਹੇ ਆ, ਬਹੁਤ ਛੋਟੇ ਜਿਹਾ ਨੋਟਿਸ ਦੇ ਨਾਲ। ਅਤੇ ਜਿਹੜੇ ਮੇਅਰ ਆ, ਉਹ ਇਹ ਚਾਹੁੰਦੇ ਆ ਕਿ ਇਹਨੂੰ ਕਿਸੇ ਤਰ੍ਹਾਂ ਰੋਕਿਆ ਜਾਵੇ। ਜਿਹੜੀ ਸਮਝ ਇਸ ਵੇਲੇ ਗੱਲਬਾਤ ਆ ਰਹੀ ਆ ਕਿ ਟ੍ਰੇਨ ਸਟੇਸ਼ਨ ਦੇ ਉੱਤੇ ਡ੍ਰੌਪ ਕਰ ਦਿੱਤਾ ਜਾਂਦਾ, ਅਤੇ ਜਿਹੜੇ ਫਿਰ ਮਾਈਗ੍ਰੈਂਟਸ ਨੇ ਉਹ ਕੀ ਕਰਦੇ ਆ, ਟ੍ਰੇਨ ਲੈਂਦੇ ਆ ਨਿਊਯਾਰਕ ਦੇ ਲਈ। ਅਤੇ ਇੱਕ ਪੁਆਇੰਟ ਦੇ ਉੱਤੇ ਇੱਦਾਂ ਲੱਗਦਾ ਕਿ ਜਿਹੜੀਆਂ ਟ੍ਰੇਨ ਟਿਕਟਸ ਨੇ ਉਹ ਸਿਕਿਓਰ ਕੀਤੀਆਂ ਜਾ ਰਹੀਆਂ ਨਾ ਮਾਈਗ੍ਰੈਂਟਸ ਦੇ ਲਈ, ਜਿਹੜੇ ਅਲਟੀਮੇਟਲੀ ਫਾਈਨਲ ਡੈਸਟੀਨੇਸ਼ਨ ਜਿਹੜਾ ਕਿ ਨਿਊਯਾਰਕ ਆ, ਉੱਥੇ ਪਹੁੰਚ ਜਾਂਦੇ ਆ। ਜਿਹੜੇ ਬੱਸ ਓਪਰੇਟਰਸ ਨੇ, ਇੱਦਾਂ ਕਹਿ ਲਓ ਕਿ ਉਹਨਾਂ ਨੇ ਇੱਕ ਲੂਪ ਹੋਲ ਫਿਗਰ ਆਊਟ ਕਰ ਲਿਆ ਇਸ ਸਾਰੇ ਸਿਸਟਮ ਦੇ ਵਿੱਚ, ਜਿਹੜੇ ਇਹ ਮਾਈਗ੍ਰੈਂਟਸ ਨੇ ਇਹਨਾਂ ਨੂੰ ਇਹਨਾਂ ਦੇ ਫਾਈਨਲ ਡੈਸਟੀਨੇਸ਼ਨ ਮਤਲਬ ਕਿ ਨਿਊਯਾਰਕ ਸ਼ਹਿਰ ਦੇ ਵਿੱਚ ਪਹੁੰਚਾਉਣ ਦੇ ਲਈ। ਨਿਊਯਾਰਕ ਸਿਟੀ ਦਾ ਇਹਨੇ ਜਿਹੜਾ ਆਰਡਰ ਇਸ਼ੂ ਕੀਤਾ ਆ ਪਿਛਲੇ ਹਫ਼ਤੇ, ਉਹਦੇ ਵਿੱਚ ਮੇਅਰ ਐਰਿਕ ਐਡਮਸ ਨੇ, ਉਹਨਾਂ ਨੇ ਇਹ ਕਿਹਾ ਆ ਕਿ ਜਿਹੜੀਆਂ ਚਾਰਟਰ ਬੱਸਿਸ ਨੇ ਜਿਹੜੀਆਂ, ਉਹਨਾਂ ਨੂੰ ਸਿਟੀ ਦੇ ਐਮਰਜੈਂਸੀ ਮੈਨੇਜਮੈਂਟ ਅਫੀਸ਼ੀਅਲਸ ਨੂੰ ਕਿ ਕਿਹੜੇ ਪੈਸੈਂਜਰ ਆ ਰਹੇ ਆ ਅਤੇ ਉਹਨਾਂ ਦਾ ਡ੍ਰੌਪ ਆਫ ਟਾਈਮ ਕੀ ਆ, ਕਿੰਨੇ ਲੈ ਕੇ ਆ ਰਹੇ, ਲੋਕੇਸ਼ਨ ਕੀ ਆ, ਘੱਟੋ ਘੱਟ 32 ਘੰਟੇ ਪਹਿਲਾਂ ਪਹੁੰਚਣ ਤੋਂ ਦੱਸਣਾ ਪਊਗਾ ਤਾਂ ਕਿ ਉਹ ਪ੍ਰਬੰਧ ਕਰ ਸਕਣ। ਉਹਨਾਂ ਨੇ ਇੱਕ ਆਰਡਰ ਜਿਹੜਾ ਇਸ਼ੂ ਕੀਤਾ ਸੀ ਪਿੱਛੇ ਜੇ, ਕਿਉਂਕਿ ਜਿਹੜੇ ਟੈਕਸਸ ਦੇ ਕੁਛ ਦੂਜੇ ਰਿਪਬਲਿਕਨ ਸਟੇਟਸ ਹੈਗੀਆਂ, ਉਹਨਾਂ ਨੇ ਕਈ ਹਜ਼ਾਰਾਂ ਮਾਈਗ੍ਰੈਂਟਸ ਅਤੇ ਜਾਂ ਅਸਾਈਲਮ ਸੀਕਰ ਸੀਗੇ, ਉਹਨਾਂ ਨੂੰ ਬੱਸਿਸ ਦੇ ਵਿੱਚ ਇਹਨਾਂ ਮੇਜਰ ਸਿਟੀਜ਼ ਦੇ ਵਿੱਚ, ਡੈਮੋਕ੍ਰੈਟਿਕ ਜਿੱਥੇ ਮੇਅਰਸ ਆ ਉੱਥੇ ਛੱਡਣਾ ਸ਼ੁਰੂ ਕਰ ਦਿੱਤਾ ਸੀ। ਜਾਂ ਤਾਂ ਉਹ ਬਹੁਤ ਛੋਟਾ ਨੋਟਿਸ ਦਿੰਦੇ ਸੀ ਆਉਣ ਤੋਂ ਪਹਿਲਾਂ, ਅਤੇ ਜਾਂ ਉਹ ਇਹਦੇ ਬਾਰੇ ਨੋਟੀਫਾਈ ਕਰਦੇ ਨਹੀਂ ਸੀ। ਹੁਣ ਨਿਊ ਜਰਸੀ ਸਿਟੀ ਦੇ ਨੇੜੇ ਜਿਹੜਾ ਐਮਰਜੈਂਸੀ ਮੈਨੇਜਮੈਂਟ ਆ, ਉਹਨਾਂ ਨੂੰ ਇਹ ਪਤਾ ਲੱਗਿਆ ਕਿ ਲਗਭਗ 10 ਬੱਸਾਂ ਵੱਖ ਵੱਖ ਲੋਕੇਸ਼ਨਸ ਤੋਂ, ਟੈਕਸਸ ਤੋਂ
ਇੱਕ ਲਿਊਸ਼ੀਆਨਾ ਤੋਂ, ਉਹ ਇਹਨਾਂ ਕਈ ਟ੍ਰਾਂਜ਼ਿਟ ਸਟੇਸ਼ਨਸ ਦੇ ਉੱਤੇ ਪਹੁੰਚੀਆਂ ਸਟੇਟਸ ਦੇ ਵਿੱਚ, ਜਿਹਦੇ ਵਿੱਚ ਕਈ ਉਹਨਾਂ ਨੇ ਲੋਕੇਸ਼ਨਸ ਦੇ ਨਾਂ ਵੀ ਦੱਸਿਆ ਅਤੇ ਲਗਭਗ ਇਹਨਾਂ ਦੇ ਵਿੱਚ 400 ਮਾਈਗ੍ਰੈਂਟਸ ਨੇ, ਇਹਨੂੰ ਉਹਨਾਂ ਨੇ ਐਕਸ ਦੇ ਉੱਤੇ ਜਿਹਨੂੰ ਟਵਿੱਟਰ ਕਿਹਾ ਜਾ ਰਿਹਾ ਉਹਦੇ ਉੱਤੇ ਇਹਨੂੰ ਸਾਂਝਾ ਕੀਤਾ। ਨਿਊਯਾਰਕ ਸਿਟੀ ਨੂੰ 14,700 ਨਵੇਂ ਅਰਾਈਵਲ ਪਿਛਲੇ ਮਹੀਨੇ ਦੇ ਵਿੱਚ ਹੋਏ ਆ, ਅਤੇ ਇਹ ਪਿਛਲੇ ਹਫ਼ਤੇ ਮੇਅਰ ਨੇ ਜਾਣਕਾਰੀ ਦਿੱਤੀ ਸੀ। 14 ਚਾਰਟਰਡ ਬੱਸਿਸ ਜਿਨ੍ਹਾਂ ਦੇ ਵਿੱਚ ਮਾਈਗ੍ਰੈਂਟਸ ਨੇ, ਉਹ ਓਵਰਨਾਈਟ ਟੈਕਸਿਸ ਤੋਂ ਇੱਥੇ ਪਹੁੰਚੇ ਆ, ਅਤੇ ਜਿਹੜੇ ਆਪਣੇ ਆਪ ਦੇ ਵਿੱਚ ਹਾਈਐਸਟ ਰਿਕਾਰਡਡ ਨੰਬਰ ਇੱਕ ਰਾਤ ਦੇ ਵਿੱਚ ਦੱਸਿਆ ਜਾ ਰਿਹਾ, 14 ਬੱਸਾਂ ਇੱਕ ਰਾਤ ਦੇ ਵਿੱਚ। ਸੋ ਕਈ ਰੀਜ਼ਨ ਨੇ ਇਹਦੇ ਵਿੱਚ ਕਿ ਇੱਧਰਲੇ ਪਾਸੇ ਕਿਉਂ ਧਿਆਨ ਦੇਣਾ ਚਾਹੀਦਾ ਆ, ਕਿਉਂਕਿ ਅਸਾਈਲਮ ਸੀਕਰਸ ਨੇ ਉਹਨਾਂ ਨੂੰ ਪੋਲੀਟੀਕਲ ਪਾਂਸ ਵਜੋਂ ਵਰਤਿਆ ਜਾ ਰਿਹਾ ਆ, ਅਤੇ ਹੁਣ ਉਹਨਾਂ ਨੂੰ ਫੈਮਿਲੀਜ਼ ਨੂੰ ਜਿਹੜਾ ਆਲੇ ਦੁਆਲੇ ਦੇ ਸਟੇਟਾਂ ਦੇ ਵਿੱਚ ਕਰਨ ਦੀ ਬਜਾਏ ਕਿ ਠੰਡ ਅਤੇ ਹਨੇਰੇ ਦੇ ਵਿੱਚ ਇੱਥੇ ਇਹਨਾਂ ਨੂੰ ਕੀਤਾ ਜਾਵੇ, ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਟਿਕਟ ਲੈ ਦਿੱਤੀ ਜਾਂਦੀ ਕਿ ਤੁਸੀਂ ਨਿਊਯਾਰਕ ਸ਼ਹਿਰ ਦੇ ਵਿੱਚ ਚਲੇ ਜਾਓ, ਅਤੇ ਨਿਊਯਾਰਕ ਤੋਂ ਉਹ ਜਿਹੜੇ ਫਿਰ ਉੱਥੇ ਜਿਹੜਾ ਉਹਨਾਂ ਦਾ ਇੱਕ ਡੈਸਟੀਨੇਸ਼ਨ ਹੈਗਾ ਹੀ ਆ, ਉੱਥੇ ਚਲੇ ਜਾਂਦੇ ਆ। ਅਤੇ ਉਹ ਕਹਿੰਦੇ ਜਿਸ ਤਰੀਕੇ ਦੇ ਨਾਲ ਅਸੀਂ ਇਹ ਕੋਆਰਡੀਨੇਟ ਕਰ ਰਹੇ ਹਾਂ ਆਲੇ ਦੁਆਲੇ ਦੇ ਸ਼ਹਿਰਾਂ ਦੇ ਨਾਲ, ਇਹ ਗੱਲ ਚਿੰਤਾਜਨਕ ਆ। ਜਿਹੜੇ ਨਿਊਯਾਰਕ ਦੇ ਵਿੱਚ US ਮੈਕਸੀਕੋ ਬਾਰਡਰ ਤੋਂ ਅਥਾਰਟੀਜ਼ ਦੱਸਦੀਆਂ ਕਿ ਦਸੰਬਰ ਦੇ ਵਿੱਚ ਲਗਭਗ 2,25,000 ਮਾਈਗ੍ਰੈਂਟਸ, ਜਿਹੜੇ ਇੱਕ ਮਹੀਨੇ ਦੇ ਵਿੱਚ ਸਭ ਤੋਂ ਜ਼ਿਆਦਾ ਮੰਨੇ ਜਾ ਰਹੇ ਆ, ਜਿਹੜੀ ਹੋਮਲੈਂਡ ਸਿਕਿਉਰਿਟੀ ਸਟੈਟਿਸਟਿਕਸ ਸਾਂਝੀ ਕੀਤੀ ਗਈ ਆ, ਅਤੇ 300 ਤੋਂ ਜ਼ਿਆਦਾ ਜਿਹੜੇ ਮਾਈਗ੍ਰੈਂਟਸ ਆ ਉਹ ਪ੍ਰਾਈਵੇਟ ਪਲੇਨਸ ਦੇ ਉੱਤੇ ਟੈਕਸਸ ਤੋਂ ਇਲੀਨੋਇਸ ਨੂੰ ਵੀ ਉਡਾਨ ਭਰ ਕੇ ਗਏ ਆ। ਸੋ ਇਹ ਜਾਂ ਤਾਂ ਬਾਰਡਰ ਦੇ ਉੱਤੇ ਕੁਛ ਕੀਤਾ ਜਾਵੇ, ਨਹੀਂ ਤਾਂ ਜਿਹੜੀ ਇਹ ਇੱਕ ਰਾਜਨੀਤਿਕ ਖਿੱਦੋਖੰਡੀ ਖੇਡੀ ਜਾ ਰਹੀ ਹੈ ਕਿ ਜਿਹੜੇ ਰਿਪਬਲਿਕਨ ਸਟੇਟਸ ਦੇ ਵਿੱਚੋਂ ਚੱਕ ਚੱਕ ਕੇ ਅਤੇ ਉਹ ਡੈਮੋਕਰੈਟ ਸਟੇਟਸ ਦੇ ਵਿੱਚ ਜਾਂ ਉਹਨਾਂ ਸਿਟੀਜ਼ ਦੇ ਵਿੱਚ ਡੈਮੋਕਰੈਟ ਸਿਟੀਜ਼ ਦੇ ਵਿੱਚ ਇੱਥੇ ਉਹ ਮੇਅਰ ਨੇ, ਉੱਥੇ ਇਹ ਇੱਕ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਬਣਦੀ ਜਾ ਰਹੀ ਹੈ। ਅਗਲੀ ਗੱਲਬਾਤ ਕੈਲੀਫੋਰਨੀਆ ਦੇ ਵਿੱਚ ਇੱਕ ਨਵੇਂ ਕਾਨੂੰਨ ਸੰਬੰਧੀ ਆ। ਇਹ ਕਾਨੂੰਨ ਲਾਗੂ ਹੋ ਗਿਆ ਕਿ ਜਿਹੜੇ ਮੇਜਰ ਰਿਟੇਲਰਸ ਨੇ ਉਹਨਾਂ ਨੂੰ ਹੁਣ ਜੈਂਡਰ ਨਿਊਟਰਲ ਟੋਏ ਆਇਲ ਰੱਖਣਾ ਪਊਗਾ ਨਵੇਂ ਸਟੇਟ ਲਾਅ ਦੇ ਅਨੁਸਾਰ, ਲਵਾਂ ਸਟੇਟ ਲਾਅ ਜਿਹੜਾ ਕਿ ਸੋਮਵਾਰ ਕੱਲ੍ਹ 1 ਜਨਵਰੀ ਤੋਂ ਲਾਗੂ ਹੋ ਗਿਆ ਆ। ਇਹ ਜਿਹੜਾ ਇੱਕ 2021 ਬਿੱਲ ਸੀ ਕੈਲੀਫੋਰਨੀਆ ਲੈਜਿਸਲੇਚਰ ਦੇ ਵਿੱਚ, ਜਿਹਦੇ ਵਿੱਚ ਟੋਏ ਰਿਟੇਲਰ ਜਿਹੜੇ ਉਹਨਾਂ ਨੂੰ ਫਿਜ਼ੀਕਲ ਆਈਸੋਲੇਸ਼ਨ ਜਿਹੜਾ ਘੱਟੋ ਘੱਟ ਜਿੱਥੇ 500 ਇੰਪਲਾਈ ਹੈਗੇ ਆ ਅਤੇ ਉਹਨਾਂ ਨੂੰ ਇੱਕ ਜੈਂਡਰ ਨਿਊਟਰਲ ਸੈਕਸ਼ਨ ਦਾ ਏਰੀਆ ਜਾਂ ਉਹਨੂੰ ਲੇਬਲ ਕਰਕੇ ਰਿਟੇਲਰ ਦੀ ਡਿਸਕ੍ਰਿਪਸ਼ਨ ਦੇ ਉੱਤੇ ਉਹਨੂੰ ਵੱਖਰਾ ਕਰਨਾ ਪਊਗਾ ਜਾਂ ਜਿਹੜਾ ਆਇਲ ਬਣਾਉਣਾ ਪਊਗਾ। ਜਿਹੜੇ ਮੇਜਰ ਰਿਟੇਲਰ ਨੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਹੁਣ ਇਹ ਜੈਂਡਰ ਨਿਊਟਰਲ ਟੋਏ ਆਇਲ ਬਣਾਉਣਾ ਪਊਗਾ। ਮਾਮਲਾ ਕੀ ਆ? ਆਮ ਤੌਰ ਦੇ ਉੱਤੇ ਬੱਚੇ ਜਿਹੜੇ ਆ, ਕਿਉਂਕਿ ਟ੍ਰੈਡੀਸ਼ਨਲ ਤੌਰ ਦੇ ਉੱਤੇ, ਰਵਾਇਤੀ ਤੌਰ ਦੇ ਉੱਤੇ ਪਹਿਲਾਂ ਕੁੜੀਆਂ ਮੁੰਡਿਆਂ ਦੇ ਵਿੱਚ ਹੀ ਵੰਡੇ ਹੁੰਦੇ ਸੀ, ਹੁਣ ਉਹ ਕਈ ਜਿਹੜੇ ਆ ਨਵੇਂ ਜਿਹੜੇ ਟ੍ਰੈਂਡ ਆ ਗਏ ਆ ਕਿ ਉਹ ਕਿੱਧਰਲੇ ਪਾਸੇ ਜਾਣਗੇ, ਕਿ ਉਹਨਾਂ ਦਾ ਜਨਮ ਕਿਹੜੇ ਜੈਂਡਰ ਦੇ ਵਿੱਚ ਹੋਇਆ ਅਤੇ ਬਾਅਦ ਦੇ ਵਿੱਚ ਉਹ ਕੀ ਬਣਦੇ ਆ। ਇਸੇ ਤਰ੍ਹਾਂ ਹੀ ਹੁਣ ਇੱਕ ਜਿਹੜਾ ਇਹੀ ਰੌਲਾ ਇਸ ਗੱਲ ਦਾ ਪਿਆ ਸੀ ਕਿ ਆਮ ਤੌਰ ਦੇ ਉੱਤੇ ਕੁੜੀਆਂ ਦੇ ਲਈ ਜਿਹੜੇ ਪਿੰਕ ਰੰਗ ਦੇ ਵੱਖਰੇ ਖੇਡਣ ਵਾਲੇ ਗੁੱਡੀਆਂ ਪਟੋਲੇ ਅਤੇ ਉਹ ਖਿਡਾਉਣੇ ਹੁੰਦੇ ਆ, ਮੁੰਡਿਆਂ ਦੇ ਲਈ ਵੱਖਰੇ ਕਿਸਮ ਦੇ ਹੁੰਦੇ ਆ। ਇਹ ਹੁਣ ਕਾਨੂੰਨ ਇਹ ਕਹਿੰਦਾ ਵੀ ਕੁੜੀਆਂ ਮੁੰਡਿਆਂ ਵਾਲੇ ਵੱਖਰੇ ਵੱਖਰੇ ਕਰੋ ਅਤੇ ਇੱਕ ਜੈਂਡਰ ਨਿਊਟਰਲ ਵੀ ਕਰੋ, ਵੀ ਜਿਹਦੇ ਵਿੱਚ ਇੱਦਾਂ ਨਾ ਹੋਵੇ ਵੀ ਇਹ ਦੋਵਾਂ ਲਈ ਹੋ ਸਕਣ, ਜੈਂਡਰ ਨਿਊਟਰਲ ਨਾ ਉਹ ਮੁੰਡਿਆਂ ਲਈ ਆ ਨਾ ਉਹ ਕੁੜੀਆਂ ਲਈ ਆ, ਕੋਈ ਵੀ ਖੇਡੇ। ਇੱਕ ਨਵਾਂ ਜਿਹੜਾ ਟ੍ਰੈਂਡ ਸੀ 21 ਦੇ ਵਿੱਚ ਬਿੱਲ ਆਇਆ ਸੀ ਅਤੇ ਹੁਣ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ ਲਾਗੂ ਕਰ ਦਿੱਤਾ। ਜਿਹੜੇ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰਸ ਨੇ ਇਵਾਨ ਲੋ, ਉਹਨਾਂ ਨੇ ਕਿਹਾ ਸੀ ਕਿ ਉਹ ਇਸ ਗੱਲ ਤੋਂ ਇੰਸਪਾਇਰ ਹੋਏ ਸੀ, ਇਹ ਬਿੱਲ ਇੰਟਰੋਡਿਊਸ ਕਰਨ ਦੇ ਲਈ ਇਹਨਾਂ ਨੇ ਬਿੱਲ ਇੰਟਰੋਡਿਊਸ ਕੀਤਾ ਸੀ ਕਿ ਜਿਹੜੀ 8 ਸਾਲ ਦੀ ਇੱਕ ਬੱਚੀ ਆ, ਉਹਨੇ ਪੁੱਛਿਆ ਸੀ ਕਿ ਇੱਕ ਸਟੋਰ ਮੈਨੂੰ ਇਹ ਕਿਉਂ ਦੱਸ ਰਿਹਾ
ਕਿ ਗਰਲ ਸ਼ਰਟ ਕਿਹੜੀ ਹੁੰਦੀ ਆ ਜਾਂ ਟੋਏ ਕਿਹੜਾ ਹੁੰਦਾ ਆ, ਕਿ ਮੈਨੂੰ ਕਿਉਂ ਦੱਸਿਆ ਜਾ ਰਿਹਾ ਵੀ ਇਹ ਕੁੜੀਆਂ ਦਾ ਆ, ਮੇਰੀ ਮਰਜ਼ੀ, ਮੈਂ ਕੁੜੀਆਂ ਵਾਲਾ ਚੱਕਣਾ, ਮੈਂ ਮੁੰਡਿਆਂ ਵਾਲਾ ਚੱਕਣਾ, ਜਾਂ ਮੈਂ ਕੀ ਕਰਨਾ, ਉਹਦੇ ਤੋਂ ਫਿਰ ਇਹ ਜਿਹੜੀ ਗੱਲ ਇੰਟਰੋਡਿਊਸ ਕੀਤੀ ਗਈ ਸੀ ਅਤੇ ਮੁੜ ਕੇ ਇਹ ਕਾਨੂੰਨ ਬਣ ਗਿਆ, ਹੁਣ ਮਤਲਬ ਲਾਗੂ ਹੋ ਗਿਆ ਇਹ, ਕਿ ਤੁਹਾਨੂੰ ਜੈਂਡਰ ਨਿਊਟਰਲ ਆਇਲ ਇੱਕ ਵੱਖਰਾ ਸੈਕਸ਼ਨ ਬਣਾਉਣਾ ਪਊਗਾ ਜਿਹਦੇ ਵਿੱਚ ਉਹ ਖਿਡੌਣੇ ਹੋਣਗੇ ਜਿਹੜੇ ਨਾ ਕੁੜੀਆਂ ਲਈ ਆ ਨਾ ਮੁੰਡਿਆਂ ਲਈ ਆ, ਅਤੇ ਜਾਂ ਦੋਵਾਂ ਦੇ ਲਈ ਆ, ਉਹਨਾਂ ਨੂੰ ਵੱਖਰੇ ਨਹੀਂ ਕੀਤਾ ਜਾ ਸਕਦਾ। ਕੈਲੀਫੋਰਨੀਆ ਦੇ ਗਵਰਨਰ ਨੇ ਇਹ ਸਾਈਨ ਕੀਤਾ ਕਿ ਜੈਂਡਰ ਨਿਊਟਰਲ ਬਾਥਰੂਮ ਸਕੂਲਾਂ ਦੇ ਵਿੱਚ 2026 ਦੇ ਵਿੱਚ ਜਿਹੜਾ ਇਹ ਨਵਾਂ ਲਾਅ ਆ, ਸਟੋਰਸ ਜਿਹੜੇ ਇਹਦੇ ਨਾਲ ਇਹਨੂੰ ਨਹੀਂ ਕਰਦੇ, ਇਸ ਚੀਜ਼ ਨੂੰ ਇਹਦੀ ਇਹਨੂੰ ਲਾਗੂ ਨਹੀਂ ਕਰਦੇ, ਉਹਨਾਂ ਨੂੰ $250 ਪਹਿਲਾਂ ਪੈਨਲਟੀ ਹੋਊਗੀ ਪਹਿਲੀ ਵਾਇਓਲੇਸ਼ਨ ਦੇ ਲਈ, ਫਿਰ 500 ਅਤੇ ਫਿਰ ਜਿਹੜੇ ਆ ਉਹ ਜਿਸ ਤਰੀਕੇ ਦੇ ਨਾਲ ਅੱਗੇ ਉਹਨਾਂ ਦਾ ਜੁਰਮਾਨਾ ਜਿਹੜਾ ਵੱਧਦਾ ਜਾਊਗਾ। ਕੈਲੀਫੋਰਨੀਆ ਫੈਮਿਲੀ ਕੌਂਸਲ ਪ੍ਰੈਜ਼ੀਡੈਂਟ ਨੇ ਜਿਹੜੇ ਉਹਨਾਂ ਨੇ ਵੀ ਦੱਸਿਆ ਕਿ ਜਿਹੜੇ ਐਕਟਿਵਿਸਟ ਆ ਸਟੇਟ ਲੈਜਿਸਲੇਚਰ ਦੇ ਵਿੱਚ ਉਹ ਰਿਟੇਲਰਸ ਨੂੰ ਫੋਰਸ ਨਹੀਂ ਕਰ ਸਕਦੇ, ਅਤੇ ਕਈ ਕਿਸਮ ਦੀ ਕੰਟਰੋਵਰਸੀ ਇਹਦੇ ਨਾਲ ਉਦੋਂ ਵੀ ਜਿਹੜੀ ਜੁੜੀ ਸੀਗੀ। ਸੋ ਜੈਂਡਰ ਨਿਊਟਰਲ ਟੋਇਜ਼ ਪਾਪੂਲੈਰਿਟੀ ਪਿਛਲੇ ਸਮੇਂ ਦੇ ਵਿੱਚ ਬਹੁਤ ਹੋਈ ਆ, ਨਵੇਂ ਚੈਲੰਜਸ ਜਿਹੜੀ ਇੱਕ ਰਵਾਇਤੀ ਲਿੰਗ ਦੀ ਪਛਾਣ ਸੀ ਜਿਹੜੀ ਟ੍ਰੈਡੀਸ਼ਨਲ ਜੈਂਡਰ ਸਟੀਰੀਓਟਾਈਪ, ਅਤੇ ਉਹਦੇ ਨਾਲ ਕਿ ਜ਼ਿਆਦਾ ਜਿਹੜੇ ਬੱਚਿਆਂ ਦੇ ਐਕਸਪੀਰੀਅੰਸ ਇਨਕਲੂਸਿਵ ਹੋਣੇ ਚਾਹੀਦੇ, ਇਨਕਲੂਸਿਵ ਮਤਲਬ ਮੁੰਡਿਆਂ ਨੂੰ ਕੁੜੀਆਂ ਵਾਲੇ ਵੀ ਹੋਣ, ਕੁੜੀਆਂ ਨੂੰ ਮੁੰਡਿਆਂ ਵਾਲੇ ਵੀ ਹੋਣ, ਅਤੇ ਇਹਦਾ ਇੱਕ ਇੱਕ ਤਾਂ ਜੈਂਡਰ ਕੁਆਲਿਟੀ ਪ੍ਰਮੋਟ ਹੁੰਦੀ ਆ, ਇਹਦੇ ਨਾਲ ਫਾਇਦਾ ਇਹਦਾ ਇਹ ਸੀ ਜਿਹੜੇ ਇਹਦੇ ਹੱਕ ਵਿੱਚ ਨੇ ਕਿ ਜੈਂਡਰ ਨਿਊਟਰਲ ਟੋਇਜ਼ ਦਾ ਮਤਲਬ ਰੌਲਾ ਹੀ ਨਹੀਂ ਰਿਹਾ ਕੁੜੀਆਂ ਮੁੰਡਿਆਂ ਦਾ, ਦੋਵੇਂ ਬਰਾਬਰ ਹੋ ਜਾਣਗੇ ਇਹਦੇ ਨਾਲ। ਦੂਜਾ ਸੀਗਾ ਕ੍ਰੀਏਟੀਵਿਟੀ ਇਨਕਰੇਜ ਹੁੰਦੀ ਹੈ, ਵੀ ਤੁਸੀਂ ਪਹਿਲਾਂ ਕੁੜੀਆਂ ਨੂੰ ਕੁੜੀਆਂ ਵਾਲੇ ਦੇ ਦਿੱਤੇ ਅਤੇ ਮੁੰਡਿਆਂ ਨੂੰ ਮੁੰਡਿਆਂ ਵਾਲੇ ਦਿੱਤੇ, ਕ੍ਰੀਏਟੀਵਿਟੀ ਕਿੱਥੇ ਆ? ਇਹਦੇ ਨਾਲ ਬੱਚੇ ਕ੍ਰੀਏਟਿਵ ਹੋਣਗੇ, ਹੋਰ ਕਿਹਨੂੰ ਕਿਸ ਤਰੀਕੇ ਨਾਲ ਖੇਡਿਆ ਜਾਣਾ? ਇਨਕਲੂਸਿਵਿਟੀ ਆ, ਕੋਈ ਵੀ ਬਾਹਰ ਨਹੀਂ ਰਹਿ ਜੂਗਾ, ਇਨਕਲੂਸਿਵ ਹੋਣਗੇ, ਬਰਾਬਰ ਹੋਣਗੇ ਸਾਰੇ। ਇਹਦੇ ਡਿਵੈਲਪਮੈਂਟਲੀ ਜਿਹੜੇ ਦੱਸਿਆ ਜਾ ਰਿਹਾ ਕਿ ਵਿਕਾਸ ਵਾਲੇ ਪਾਸਿਓਂ ਉਹਦੇ ਕਈ ਫਾਇਦੇ ਆ, ਡਿਵੈਲਪਮੈਂਟਲੀ ਬੈਨੀਫਿਸ਼ੀਅਲ ਆ। ਕਈ ਜਿਹੜੇ ਜੈਂਡਰ ਨਿਊਟਰਲ ਟੋਇਜ਼ ਆ ਜਿਹੜੇ ਮੁੰਡਿਆਂ ਕੁੜੀਆਂ ਦੇ ਸਾਂਝੇ ਆ, ਉਹਦਾ ਕਈ ਜਿਹੜੀਆਂ ਮੋਟਰ ਸਕਿੱਲਸ, ਕੋਗਨੇਟਿਵ ਕਿੱਦਾਂ ਹੱਥ ਕੀ ਕਰਨਾ, ਕਿਉਂਕਿ ਮੁੰਡੇ ਕਿਉਂ ਇੱਕ ਪਾਸੇ ਨੂੰ ਜ਼ਿਆਦਾ ਹੋ ਜਾਂਦੇ ਕਿ ਮਕੈਨੀਕਲ ਕੰਮ ਕਾਰਾਂ ਜਾਂ ਉਹਨਾਂ ਦੇ ਵਿੱਚ ਜਾਂ ਟੈਕਨੋਲੋਜੀ ਦੇ ਵਿੱਚ ਕੁੜੀਆਂ ਦੂਜੇ ਪਾਸੇ ਨੂੰ ਚਲੇ ਜਾਂਦੀਆਂ। ਉਹ ਕਹਿੰਦੇ ਜੇ ਬਚਪਨ ਦੇ ਵਿੱਚ ਇਹਨਾਂ ਨੂੰ ਇੱਦਾਂ ਦੇ ਟੋਇਜ਼ ਦਿੱਤੇ ਜਾਣ ਤਾਂ ਫਿਰ ਦੋਵੇਂ ਚੀਜ਼ਾਂ ਦੋਵਾਂ 'ਚ ਹੋਣਗੀਆਂ, ਇਹ ਪਿੱਛੇ ਨਹੀਂ ਰਹਿ ਜਾਣਗੇ। ਫਿਰ ਜਿਹੜੀ ਹੈਗੀ ਆ ਕਿ ਉਹਨਾਂ ਦੀ ਲੌਂਗਿਵਿਟੀ, ਉਹਦੇ ਨਾਲ ਸੰਬੰਧਿਤ ਨੁਕਸਾਨ ਇਹਦਾ ਇਹ ਆ ਕਿ ਵਰਾਇਟੀ ਫਿਰ ਘੱਟ ਜਾਂਦੀ ਆ, ਉਹਦੇ ਵਿੱਚ ਉੰਨੀ ਜ਼ਿਆਦਾ ਵਰਾਇਟੀ ਨਹੀਂ ਮਿਲਦੀ, ਮਾਰਕੀਟ ਜਿਹੜੇ ਆ ਜਿਹੜੇ ਇਹਦੇ ਕੀ ਹੈਗੀ ਮਾਰਕੀਟ ਕਨਫਿਊਜ਼ਨ ਵੀ ਕ੍ਰੀਏਟ ਹੁੰਦੀ ਆ, ਅਤੇ ਮੁੜ ਕੇ ਜਿਹੜਾ ਇਹਦੇ ਤੋਂ ਬਾਅਦ ਅਗਲੀ ਗੱਲਬਾਤ ਹੁੰਦੀ ਆ ਕਿ ਰਜ਼ਿਸਟੈਂਸ ਆ ਇਸ ਚੇਂਜ ਨੂੰ, ਚੇਂਜ ਤਾਂ ਹੈਗੀ ਆ, ਨਵੀਂ ਗੱਲ ਤਾਂ ਹੈਗੀ ਆ, ਪਰ ਇਹਦੇ ਲਈ ਰਜ਼ਿਸਟੈਂਸ ਆ, ਵਿਰੋਧ ਆ। ਜਿਹੜੇ ਚੈਲੰਜਸ ਮਾਰਕੀਟ ਦੇ ਵਿੱਚ ਵੀ ਅੱਗੇ ਹੈਗੇ ਆ, ਰੀਪ੍ਰਜੈਂਟੇਸ਼ਨ ਦੀ ਚੈਲੰਜਸ ਹੋਣਗੇ, ਸੋ ਇਹ ਦੋਵੇਂ ਪਾਸੇ ਇਸ ਗੱਲ ਦੇ ਹੈਗੇ, ਪਰ ਕਾਨੂੰਨ ਬਣ ਗਿਆ ਅਤੇ ਉਹਦੇ ਅਨੁਸਾਰ ਹੁਣ ਚੱਲਣਾ ਪਊਗਾ। ਅਗਲੀ ਗੱਲਬਾਤ ਦੋਸਤੋ, ਜਿਹੜੀਆਂ ਇਲੈਕਟ੍ਰਿਕ ਕਾਰਾਂ ਉਹਦੇ ਮਾਮਲੇ ਦੇ ਵਿੱਚ BYD ਨੇ, ਚੀਨ ਦੀ ਜਿਹੜੀ ਕੰਪਨੀ ਆ BYD, ਉਹਨਾਂ ਨੇ 2023 ਦੇ ਵਿੱਚ ਰਿਕਾਰਡ ਨੰਬਰ ਕਾਰਾਂ ਵੇਚੀਆਂ, ਅਤੇ ਇਹ ਟੈਸਲਾ ਦੇ, ਇਹਨਾਂ ਦੀਆਂ ਜਿਹੜੀਆਂ ਕਾਰਾਂ ਵੇਚੀਆਂ ਟੈਸਲਾ ਦੇ ਨੇੜੇ ਤੇੜੇ ਪਹੁੰਚ ਗਈਆਂ। ਵਰਲਡ ਮਾਰਕੀਟ ਲੀਡਰ ਆ ਜਿਹੜਾ ਇਸ ਵੇਲੇ ਇਲੈਕਟ੍ਰਿਕ ਵਹੀਕਲ ਦੇ ਵਿੱਚ, ਚਾਈਨੀਜ਼ ਕੰਪਨੀ। ਇਹਨਾਂ ਨੇ ਦੱਸਿਆ ਕਿ 62% ਗਲੋਬਲ ਸੇਲ ਦੇ ਵਿੱਚ ਵਾਧਾ ਹੋਇਆ, ਅਤੇ ਜਿਹੜੇ 3 ਮਿਲੀਅਨ ਯੂਨਿਟ ਆ ਇਹਨਾਂ ਨੇ ਲਾਸਟ ਈਅਰ ਦੇ ਵਿੱਚ ਵੇਚੇ ਆ, 2022 ਦੇ ਨਾਲ ਜਦੋਂ ਇਹ ਕੰਪੇਅਰ ਕਰ ਰਿਹਾ ਸਟਾਕ ਐਕਸਚੇਂਜ ਫਾਈਲਿੰਗ। BYD ਨੇ 1.57 ਮਿਲੀਅਨ ਬੈਟਰੀ ਇਲੈਕਟ੍ਰਿਕ ਵਹੀਕਲ ਵੇਚੇ ਆ, BEVs ਜਿਹਨੂੰ ਕਹਿੰਦੇ ਆ, ਪਿਛਲੇ ਸਾਲ। ਅਤੇ ਇਹ ਪਿਛਲੇ ਸਾਲ ਇਹਨਾਂ ਨੇ 23 ਦੇ ਵਿੱਚ, ਇਹ ਕਈ ਤਰ੍ਹਾਂ ਦੀਆਂ ਕਾਰਾਂ ਬਣਾਉਂਦੇ ਆ ਇਹ, ਹਾਈਬ੍ਰਿਡ ਅਤੇ ਦੂਜੀਆਂ ਸਾਰੀਆਂ, ਜਿਹੜੇ ਬੈਟਰੀ
ਇਲੈਕਟ੍ਰਿਕ ਵਹੀਕਲਸ ਨੇ ਇਹਨਾਂ ਨੇ ਪਿਛਲੇ ਸਾਲ 73% ਅਪ ਹੋਏ ਆ, 1.57 ਜਿਹੜੇ ਆ ਇਹਨਾਂ ਨੇ ਵੇਚੇ ਆ ਅਤੇ 1.44 ਹਾਈਬ੍ਰਿਡ ਵੇਚੇ ਆ, 52% ਹਾਇਰ ਜਿਹੜੇ ਪਿਛਲੇ ਸਾਲ ਨਾਲੋਂ ਦੱਸੇ ਜਾ ਰਹੇ। ਸੋ ਟੈਸਲਾ ਇਹਨਾਂ ਨੇ ਆਪਣਾ ਫੁੱਲ ਈਅਰ ਜਿਹੜੀ ਸੇਲ ਆ ਅਨਵੀਲ ਕੀਤੀ ਆ ਫਿਗਰਸ ਮੰਗਲਵਾਰ ਨੂੰ, ਅਤੇ ਇਹਨਾਂ ਦੇ ਵਿੱਚ ਹੁਣ ਅਨੈਲਿਸਿਸ ਕੀਤਾ ਜਾ ਰਿਹਾ ਵੀ ਕੀ ਚੀਨ ਇਹਨਾਂ ਇਲੈਕਟ੍ਰਿਕ ਕਾਰਾਂ ਦੇ ਵਿੱਚ ਇਹਨੂੰ ਓਵਰ ਪਾਵਰ ਕਰ ਜੂਗਾ ਜਾਂ ਅੱਗੇ ਚਲੇ ਜੂਗਾ। BYD ਹਾਈਬ੍ਰਿਡ ਕਾਰਾਂ ਵੀ ਬਣਾਉਂਦੀ, ਟੈਸਲਾ ਹਾਈਬ੍ਰਿਡ ਨਹੀਂ ਬਣਾਉਂਦੀ। 2022 ਦੇ ਵਿੱਚ BYD ਨੇ ਜਿਹੜਾ ਟੈਸਲਾ ਨੂੰ ਗਲੋਬਲ BEV ਸੇਲ ਦੇ ਵਿੱਚ ਲਗਭਗ 4 ਲੱਖ ਯੂਨਿਟ ਦੇ ਨਾਲ ਜਿਹੜਾ ਟ੍ਰੇਲ ਕੀਤਾ ਸੀ 4 ਲੱਖ ਯੂਨਿਟ ਦੇ ਨਾਲ। ਹੁਣ ਗੈਪ ਜਿਹੜਾ ਆ ਇਹ ਕਹਿੰਦੇ ਹੋਰ ਥੋੜ੍ਹਾ ਹੋ ਜਾਣਾ, ਨੈਰੋ ਹੋ ਪਿਛਲੇ ਸਾਲ ਹੋ ਗਿਆ ਅਤੇ ਅੱਗੇ ਜਾ ਕੇ ਹੋਰ ਨੇੜੇ ਹੋ ਜਾਣਾ, ਅਤੇ ਹੋ ਸਕਦਾ ਇੱਕ ਦਿਨ BYD ਟੈਸਲਾ ਨੂੰ ਓਵਰਟੇਕ ਕਰ ਜੇ, ਅਤੇ ਆਉਣ ਵਾਲੇ ਕੁਆਟਰ ਦੇ ਵਿੱਚ ਇਹਨਾਂ ਨੇ ਜਿਹੜੀ ਐਲਨ ਮਸਕ ਦੀ ਇਹ ਕੰਪਨੀ ਇਹਦੇ ਲਈ ਵੱਡਾ ਚੈਲੰਜ ਪੈਦਾ ਕੀਤਾ। ਜਿਹੜੇ ਚੌਥਾ ਕੁਆਟਰ ਸੀ BYD ਨੇ 5,26,409 ਜਿਹੜੇ BEVs ਆ ਉਹਨਾਂ ਨੂੰ ਵੇਚੇ ਆ, ਜਿਹੜੇ ਕਿ 20% ਵਾਧਾ ਤੀਜੇ ਕੁਆਟਰ ਨਾਲੋਂ, ਅਤੇ ਇਹਦੇ ਇਹ ਟੈਸਲਾ ਦੇ ਬਹੁਤ ਨੇੜੇ ਪਹੁੰਚ ਰਿਹਾ ਆ। ਜਿਹੜੀ BYD ਦੀ ਬਹੁਤ ਗਰੋਥ ਹੋ ਰਹੀ ਆ, ਔਰ ਵਾਰਨ ਬਫੇ ਜਿਹੜਾ ਕਿ ਚਾਈਨਾ ਦੀ ਇੱਕ EV ਇੰਡਸਟਰੀ ਦਾ ਬਹੁਤ ਵੱਡਾ ਸਿੰਬਲ ਆ, ਚਾਈਨਾ ਬਹੁਤ ਤੇਜ਼ੀ ਨਾਲ ਜਿਹੜੀ ਟ੍ਰਾਂਜ਼ਿਸ਼ਨ ਆ ਇਲੈਕਟ੍ਰਿਕ ਕਾਰਾਂ ਵੱਲੋਂ ਕਰ ਰਿਹਾ ਹੈ। ਹੁਣ ਇੱਕ ਡਰ ਇਹ ਆ ਕਿ ਜਿੱਦਣ ਚੀਨ ਦੀਆਂ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਮਾਰਕੀਟ ਦੇ ਵਿੱਚ ਕੈਨੇਡਾ ਅਮਰੀਕਾ 'ਚ ਆ ਗਈਆਂ, ਉੱਦਣ ਇਹਨਾਂ ਨੇ ਸਾਰਾ ਕੁਝ ਫੇਲ ਕਰ ਦੇਣਾ। ਮੈਕਸੀਕੋ ਦੇ ਵਿੱਚ ਇਹਨਾਂ ਨੇ ਆਪਣੇ ਪਲਾਂਟ ਲਾ ਲਿਆ, ਸਾਰਾ ਕੁਝ ਕਰ ਲਿਆ ਆ ਉੱਥੇ, ਅਤੇ ਕਿਉਂਕਿ ਇਹਨਾਂ ਦੇ ਉੱਤੇ ਟੈਰਿਫ ਜੇ ਹੋਰ ਸਾਰੀਆਂ ਸਮੱਸਿਆਵਾਂ ਹੈਗੀਆਂ ਕਿ ਜਿੱਦਣ ਇਹ ਸਾਰਾ ਕੁਝ ਸੋਲਵ ਹੋ ਗਿਆ ਇਹਨਾਂ ਨੇ ਕ੍ਰਾਂਤੀ ਲਿਆ ਦੇਣੀ ਆ, ਰੈਵੋਲਿਊਸ਼ਨ ਲਿਆ ਦੇਣੀ ਆ ਵੀ ਇੰਨੀਆਂ ਸਸਤੀਆਂ ਜਿਹੜੀਆਂ ਕਾਰਾਂ ਆ ਉਹ ਇਹਨਾਂ ਨੇ ਮਾਰਕੀਟ ਦੇ ਵਿੱਚ ਲੈ ਆਉਣੀਆਂ। ਹੱਲੇ ਨੇੜੇ ਤੇੜੇ ਇਹਦਾ ਕੋਈ ਨਜ਼ਰ ਨਹੀਂ ਆਉਂਦਾ, ਪਰ ਇੱਦਾਂ ਦੀ ਮਾਹਰ ਜਿਹੜੀ ਉਹ ਗੱਲਬਾਤ ਦੱਸ ਰਹੇ ਆ। ਲੋਕ ਇਹ ਵੀ ਸਵਾਲ ਕਰਦੇ ਆ ਕਿ ਇਹ ਪਹਿਲੀਆਂ ਕਾਰਾਂ ਦੇ ਵਿੱਚ ਚੀਨ ਦੀਆਂ ਕਾਰਾਂ ਕਿਉਂ ਨਹੀਂ ਦਿਸੀਆਂ, ਜਦੋਂ ਚੀਨ ਨੇ ਹਰ ਇੱਕ ਚੀਜ਼ ਦਾ ਡੁਪਲੀਕੇਟ ਬਣਾ ਕੇ ਜਾਂ ਉਹਦੇ ਵਰਗਾ ਬਣਾ ਕੇ ਦੁਨੀਆ ਦੇ ਵਿੱਚ ਸਾਰੀ ਮਾਰਕੀਟ ਇਹਨਾਂ ਦੇ ਕਾਬੂ ਦੇ ਵਿੱਚ ਆ, ਕਾਰਾਂ ਦੇ ਵਿੱਚ ਚੀਨ ਦੀਆਂ ਕਾਰਾਂ ਨਹੀਂ ਸੁਣਦੇ। ਉਹਦਾ ਕਾਰਨ ਇਹ ਦੱਸਦੇ ਆ, ਉਹ ਕਹਿੰਦੇ ਜਦੋਂ ਅਸੀਂ ਤਰੱਕੀ ਕਰਨੀ ਸ਼ੁਰੂ ਕੀਤੀ ਆ ਚੀਨ ਨੇ, ਉਸ ਵੇਲੇ ਇਹ ਜਿਹੜੇ ਆਪਣੇ ਇੰਟਰਨਲ ਕੰਬਸਚਨ ਇੰਜਣਾਂ ਜਾਂ ਜਿਹੜੀਆਂ ਇਸ ਵੇਲੇ ਗੈਸ ਵਾਲੀਆਂ ਕਾਰਾਂ ਚੱਲਦੀਆਂ, ਇਹ ਫੀਲਡ ਦੇ ਵਿੱਚ ਪਹਿਲਾਂ ਹੀ ਬਹੁਤ ਤਰੱਕੀ ਹੋ ਚੁੱਕੀ ਸੀ। ਵੱਡੀਆਂ ਵੱਡੀਆਂ ਕੰਪਨੀਆਂ ਕਿੰਨੇ ਸੈਂਕੜੇ ਸਾਲਾਂ ਤੋਂ ਇਹਦੇ ਵਿੱਚ ਅੱਗੇ ਜਾ ਚੁੱਕੀਆਂ ਸੀ, ਉਹ ਇੱਥੇ ਤੱਕ ਪਹੁੰਚ ਚੁੱਕੀਆਂ ਸੀ ਕਿ ਉਹਨਾਂ ਦਾ ਮੁਕਾਬਲਾ ਨਹੀਂ ਹੋ ਸਕਦਾ ਸੀ। ਪਰ ਹੁਣ ਜਿਹੜੀਆਂ ਆ ਬਿਜਲੀ ਨਾਲ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਆ, ਇਹਨਾਂ ਦੇ ਵਿੱਚ ਸਾਰੇ ਹੀ ਨਵੇਂ ਆ। ਟੈਸਲਾ ਵੀ ਨਵਾਂ ਆ, ਚੀਨ ਦੀ BYD ਵੀ ਨਵੀਂ ਆ, ਅਤੇ ਬਾਕੀ ਵੀ ਨਵੇਂ ਆ। ਇਸ ਕਰਕੇ ਕਹਿੰਦੇ ਸਾਡੇ ਲਈ ਮੁਕਾਬਲਾ ਕਰਨਾ ਸੌਖਾ, ਅਤੇ ਇਸ ਮੁਕਾਬਲੇ ਦੇ ਵਿੱਚ ਜੇ ਟੈਸਲਾ ਦੇ ਨੇੜੇ ਤੇੜੇ ਆ ਗਏ ਅਤੇ ਉਹਨੂੰ ਓਵਰਪਾਸ ਕਰ ਗਏ ਆ, ਅਤੇ ਫਿਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਚੈਲੰਜ ਹੋ ਸਕਦਾ, ਕਿਉਂਕਿ ਚੀਨ ਆਪਣੇ ਆਪ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਟ੍ਰਾਂਜ਼ਿਸ਼ਨ ਕਰ ਰਹੇ ਆ, ਕਿਉਂਕਿ ਸਰਕਾਰ ਦੀ ਸਪੋਰਟ ਬਹੁਤ ਇੰਡਸਟਰੀ ਨੂੰ ਬਹੁਤ ਜ਼ਿਆਦਾ ਆ। ਉਹਨਾਂ ਦਾ ਜਿਹੜਾ ਟਾਰਗੇਟ ਆ ਕਿ ਘੱਟੋ ਘੱਟ 20% ਜਿਹੜੀਆਂ ਨਵੀਆਂ ਕਾਰਾਂ ਇਹਨਾਂ ਨੇ 2025 ਤੱਕ ਵੇਚਣੀਆਂ ਆ ਉਹ ਨਿਊ ਐਨਰਜੀ ਵਹੀਕਲਸ ਹੋਣ, NEVs ਹੋਣ, ਜਿਹਦੇ ਵਿੱਚ BEVs ਵੀ ਆ, ਪਲੱਗਿਨ ਹਾਈਬ੍ਰਿਡਸ ਵੀ ਆ, ਹਾਈਡਰੋਜਨ ਫਿਊਲ ਸੈੱਲ ਵਹੀਕਲਸ ਵੀ ਆ, ਅਤੇ 2035 ਤੱਕ ਸਰਕਾਰ ਇਹ ਕਹਿੰਦੀ ਆ ਕਿ NEVs ਮੇਨ ਸਟ੍ਰੀਮ ਇਹਨਾਂ ਦੀਆਂ ਨਵੀਆਂ ਕਾਰਾਂ ਦੀ ਸੇਲ ਦਾ ਹੋ ਜਾਣਾ ਚਾਹੀਦਾ 2035 ਤੱਕ। ਸੋ ਇਹ ਪਹਿਲਾ ਗੋਲ ਇਹਨਾਂ ਨੇ 2022 ਦੇ ਵਿੱਚ ਅਚੀਵ ਕਰ ਲਿਆ ਸੀ, 3 ਸਾਲ ਪਹਿਲਾਂ ਉਹਦੇ ਤੋਂ, ਅਤੇ ਦੂਜਾ ਜਿਹੜਾ ਹੈਗਾ ਆ ਉਹ ਕਹਿੰਦੇ ਕਿ ਜਿੱਥੇ ਤੱਕ ਇਹਨਾਂ ਨੇ ਨਿਸ਼ਾਨਾ ਤੱਕਿਆ ਉਹਦੇ ਤੋਂ ਪਹਿਲਾਂ ਹੀ ਉਹਦੇ ਤੱਕ ਇਹਨਾਂ ਨੇ ਪਹੁੰਚ ਜਾਣਾ ਹੈ। ਸੋ ਚੀਨ ਦੀ ਇਸ ਟੈਕਨੋਲੋਜੀ ਦਾ
ਬਹੁਤ ਤੇਜ਼ੀ ਦੇ ਨਾਲ ਵਾਧਾ ਹੋਣਾ, BYD ਦਾ ਇੱਕ ਵੱਡੇ ਪੱਧਰ ਦੇ ਉੱਤੇ ਮਾਰਕੀਟ ਦੇ ਵਿੱਚ ਉੱਤੇ ਆਉਣਾ, ਮਾਰਕੀਟ ਦੇ ਵਿੱਚ ਇੱਕ ਨਵੀਂ ਗੱਲ ਆ। ਅਗਲੀ ਗੱਲਬਾਤ ਦੋਸਤੋ ਇਕਨੋਮੀ ਦੇ ਬਾਰੇ, 2023 ਦੇ ਵਿੱਚ ਸਾਰੇ ਅਮਰੀਕਾ ਦੇ ਵਿੱਚ ਇਹੀ ਡਰ ਪਿਆ ਰਿਹਾ ਵੀ ਹੁਣ ਰਿਸੈਸ਼ਨ ਆ ਜਾਣਾ ਜਾਂ ਰਿਸੈਸ਼ਨ ਆ ਗਿਆ ਜਾਂ ਅਸੀਂ ਰਿਸੈਸ਼ਨ ਦੇ ਵਿੱਚ ਹਾਂ, ਸਾਰਾ ਸਾਲ ਜਿਹੜਾ ਲੰਘ ਗਿਆ ਅਤੇ ਕੋਈ ਇੱਦਾਂ ਦੀ ਗੱਲਬਾਤ ਨਹੀਂ ਵਾਪਰੀ। US ਇਕਨੋਮੀ ਹੁਣ ਇਸ ਵੇਲੇ ਦੱਸਦੇ ਆ ਕਿ ਕਈ ਥਾਵਾਂ ਦੇ ਉੱਤੇ ਸੌਫਟ ਲੈਂਡਿੰਗ ਦੇ ਵੱਲੋਂ ਆ, ਜਾਣੀ ਇਨਫਲੇਸ਼ਨ ਜਿਹੜੀ ਆ ਉਹ ਹੌਲੀ ਹੌਲੀ ਥੱਲੇ ਨੂੰ ਗਈ ਆ ਅਤੇ ਹੁਣ ਸਾਰਾ ਕੁਛ, ਮਤਲਬ ਜਿਹੜਾ ਡਰ ਸੀਗਾ ਰਿਸੈਸ਼ਨ ਦਾ ਦੂਜਾ 24 ਦੇ ਵਿੱਚ, ਉਹ ਸਾਰਾ ਕੁਛ ਠੀਕ ਠਾਕ ਹੋਣ ਦੀ ਆਸ ਨਜ਼ਰ ਆ ਰਹੀ ਆ। ਫੈਡਰਲ ਰਿਜ਼ਰਵ ਜਿਹੜੇ ਰੇਟ ਕੱਟਸ ਨੇ ਇਹਨਾਂ ਨੇ ਆ ਮਾਰਚ ਤੋਂ ਹੀ ਕਹਿੰਦੇ ਸ਼ੁਰੂ ਕਰ ਦੇਣੇ ਆ, ਅਤੇ ਰੇਟ ਕੱਟਸ ਦਾ ਮਤਲਬ ਇਹ ਆ ਕਿ ਲੋਕ ਸੌਖੇ ਹੋਣੇ ਸ਼ੁਰੂ ਹੋ ਜਾਣਗੇ। ਫੈਡਰਲ ਰਿਜ਼ਰਵ ਨੇ ਰੇਟ ਵਧਾਏ ਸੀ ਪਿਛਲੇ ਸਾਲ, ਇਹ ਸਾਰਾ ਹੀ ਜੇਕੋ ਤੱਕ ਦੇ ਵਿੱਚ ਲੰਘਿਆ ਕਿਉਂਕਿ ਫੈਡਰਲ ਰਿਜ਼ਰਵ ਨੇ ਕੋਈ ਵੀ ਹਿੰਟ ਨਹੀਂ ਸੀ ਦਿੱਤਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਕਰਨਾ, ਮਹਿੰਗਾਈ ਨੂੰ ਕੂਲ ਡਾਊਨ ਕਰਨ ਦੇ ਲਈ, ਉਹਨੂੰ ਥੱਲੇ ਲਿਆਉਣ ਦੇ ਲਈ ਇਹ ਲਗਾਤਾਰ ਰੇਟ ਵਧਾਈ ਜਾਂਦੇ ਸੀ। ਪਰ ਹੁਣ ਜਦੋਂ ਪਿਛਲੇ ਸਮੇਂ ਦੇ ਵਿੱਚ ਫੈਡਰਲ ਰਿਜ਼ਰਵ ਨੇ ਇਹ ਹਿੰਟ ਦੇ ਦਿੱਤਾ ਕਿ ਅਸੀਂ 2024 ਦੇ ਵਿੱਚ 3 ਵਾਰੀ ਰੇਟ ਕੱਟ ਕਰਾਂਗੇ, ਤਾਂ ਇਹਦਾ ਮਤਲਬ ਇਹ ਆ ਕਿ ਹੁਣ ਇਹ ਇਕਨੋਮੀ ਜਿਹੜੀ ਠੀਕ ਠਾਕ ਆ। ਸੋ ਜਿਹੜੀ ਵੱਡੀ ਸਟੋਰੀ ਸੀਗੀ 2023 ਦੀ ਉਹ ਇਹੀ ਸੀਗੀ ਕਿ ਇਹਦਾ ਬਣਨਾ ਕੀ ਆ, ਅਤੇ ਹੁਣ ਦੱਸਿਆ ਜਾ ਰਿਹਾ ਜਿਹੜੀ ਇਕਨੋਮੀ ਆ ਉਹ ਬਾਊਂਸ ਬੈਕ ਵੀ ਕਰ ਰਹੀ ਆ। ਜਿਹੜਾ ਰਿਸੈਸ਼ਨ ਸੀਗਾ ਬਹੁਤ ਵੱਡਾ ਇੱਕ ਤਰੀਕੇ ਦੇ ਨਾਲ, ਜਾਂ ਆਈ ਸੀ ਜਦੋਂ ਆ ਯੂਕਰੇਨ ਦੀ ਲੜਾਈ ਲੱਗੀ ਆ ਅਤੇ ਉਹਦੇ ਤੋਂ ਬਾਅਦ ਜੋ ਕੁਛ ਹੋਇਆ, ਜਿਹੜੀ ਪੋਲੀਟੀਕਲ ਡਿਸਫੰਕਸ਼ਨਿੰਗ ਹੋਈ ਆ ਅਤੇ ਕਈ ਜਿਹੜੇ ਕਾਊਂਟਲੈਸ ਇਸ਼ੂ ਸੀਗੇ ਅਮੈਰੀਕਾ ਦੇ ਵਿੱਚ ਜਿਹੜੇ ਇੱਕ ਚਿੰਤਾ ਪੈਦਾ ਕਰ ਰਹੇ ਸੀ, ਪਰ ਹੁਣ ਹੌਲੀ ਹੌਲੀ ਉਹ ਸਾਰਾ ਕੁਛ ਠੀਕ ਹੋਈ ਆ। ਅਤੇ ਜਿਹੜਾ US ਇਕਨੋਮੀ ਨੂੰ, ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਛ ਠੀਕ ਠਾਕ ਹੋ ਗਿਆ, ਅਜੇ ਵੀ ਕੁਛ ਰਿਸਕ ਅਤੇ ਚੈਲੇਂਜਸ ਹੈਗੇ ਆ ਜਿਹੜੇ ਆ ਇਜ਼ਰੇਲ ਅਤੇ ਹਮਾਸ ਵਾਲੀ ਲੜਾਈ ਤੋਂ ਆ। ਜਿਹੜੀ ਇਸ ਵੇਲੇ ਹਾਊਸਿੰਗ ਮਾਰਕੀਟ ਸਭ ਤੋਂ ਜ਼ਿਆਦਾ ਸੰਕਟ ਦੇ ਵਿੱਚ ਆ ਅੱਜ ਦੀ ਪੀੜ੍ਹੀ ਦੇ ਲਈ, ਲੀਸਟ ਅਫੋਰਡੇਬਲ ਹਾਊਸਿੰਗ ਮਾਰਕੀਟ ਇੱਕ ਚੈਲੇਂਜ ਹੈਗਾ ਆ, ਅਤੇ ਇਹਦੇ ਕਰਕੇ ਜਿਹੜੇ ਬਹੁਤੇ ਮਿਲੇਨੀਅਲਸ ਨੇ ਉਹ ਆਪਣੇ ਮਾਂ ਬਾਪ ਦੇ ਨਾਲ ਰਹਿਣਾ ਇਸ ਵੇਲੇ ਪਸੰਦ ਕਰ ਰਹੇ ਆ, ਜਾਂ ਇੱਦਾਂ ਕਹਿ ਲਓ ਕਿ ਜਿਹੜੇ ਬੱਚੇ ਨੇ ਉਹਨਾਂ, ਜਿਹੜੇ ਬੱਚੇ ਆਪਣੇ ਮਾਂ ਬਾਪ ਦੇ ਘਰਾਂ ਦੇ ਵਿੱਚ ਰਹਿੰਦੇ ਆ, ਉਹਨਾਂ ਦੀ ਗਿਣਤੀ ਵੱਧ ਗਈ ਆ ਕਿਉਂਕਿ ਅੱਗੇ ਨਾ ਤਾਂ ਰੈਂਟ 'ਤੇ ਜਾਇਆ ਜਾ ਸਕਦਾ, ਨਾ ਅੱਗੇ ਜਿਹੜਾ ਇੰਨਾ ਸੌਖਾ ਘਰ ਲਿਆ ਜਾ ਸਕਦਾ। ਸੋ ਇਨਫਲੇਸ਼ਨ ਜਿਹੜੀ ਆ ਉਹ ਕੂਲ ਡਾਊਨ ਹੋਈ ਆ ਅਤੇ ਹੋਰ ਕੂਲ ਡਾਊਨ ਇਸ ਸਾਲ ਦੇ ਵਿੱਚ ਹੋਊਗੀ, ਅਤੇ ਕਿਉਂਕਿ 40 ਸਾਲ ਦੇ ਵਿੱਚ ਇੰਨੀ ਮਹਿੰਗਾਈ ਕਦੇ ਹੋਈ ਨਹੀਂ ਸੀ ਜਿੰਨੀ ਪਿਛਲੇ ਤੋਂ ਪਿਛਲੇ ਸਾਲ, ਜਾਣੀ ਕਿ ਜੂਨ 2022 ਦੇ ਵਿੱਚ ਹੋ ਗਈ ਸੀ। ਸੋ ਜਿਹੜੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ 3.1% ਈਅਰ ਓਵਰ ਈਅਰ ਜਿਹੜਾ ਨਵੰਬਰ ਦੇ ਵਿੱਚ ਸੀਗਾ, ਅਤੇ ਇਹ ਜੂਨ 2022 ਦੇ ਵਿੱਚ 9.1% 'ਤੇ ਸੀ। ਸੋ 9.1% ਤੋਂ 3.1% ਦੇ ਉੱਤੇ ਪਹੁੰਚਣਾ, ਇਹਦੇ ਨਾਲ ਕੁਦਰਤੀ ਆ ਕਿ ਇਕੋਨਮੀ ਕੂਲ ਡਾਊਨ ਹੋਈ ਆ, ਅਤੇ ਇਸ ਸਾਲ ਦੇ ਵਿੱਚ ਕਿਹਾ ਜਾ ਰਿਹਾ ਕਿ ਜੇ ਹਾਲਾਤ ਇਸੇ ਤਰ੍ਹਾਂ ਠੀਕ ਠਾਕ ਰਹਿੰਦੇ ਆ, ਇੰਟਰਸਟ ਰੇਟ ਘਟਣਗੇ, ਜਿਹੜੀ ਮਹਿੰਗਾਈ ਆ ਉਹ ਵੀ ਠੀਕ ਠਾਕ ਹੋਊਗੀ, ਅਤੇ ਲੋਕ ਜਿਹੜੇ ਆ ਉਹ ਪਹਿਲਾਂ ਨਾਲੋਂ ਜ਼ਿਆਦਾ ਸੌਖੇ ਹੋ ਸਕਣਗੇ। ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ।